ਹਲਕਾ ਪੱਟੀ ਦੇ ਪਿੰਡ ਸਵਰਾਂ ਦੀ ਪੱਤੀ ਪੁਰਿਆ ਦੀ ਵਾਸੀ ਪਰਮਜੀਤ ਕੌਰ ਵਿਧਵਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਅਮਰਜੀਤ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ ਪਰ ਉਸ ਨੇ ਦਿਲ ਨਹੀਂ ਹਾਰਿਆ ਉਹ ਆਪਣੇ ਮਾਸੂਮ ਪੁੱਤ ਨੂੰ ਗਵਾਂਢੀਆਂ ਘਰ ਛੱਡ ਕੇ ਅਮੀਰ ਘਰਾਂ ਦਾ ਕੰਮ ਧੰਦਾ ਕਰਦੀ ਰਹੀ ਉਸਨੇ ਕਿਹਾ ਕਿ ਨਾ ਤਾਂ ਉਸਨੂੰ ਅੱਜ ਤੱਕ ਆਟਾ ਦਾਲ ਸਕੀਮ ਤਹਿਤ ਕਣਕ ਮਿਲੀ ਹੈ ਅਤੇ ਨਾ ਹੀ ਉਸਦੀ ਫਲਸ ਬਣੀ ਹੈ ਉਸਨੇ ਦੱਸਿਆ ਕਿ ਉਸਦੇ ਪਤੀ ਜਿਉਂਦੇ ਜੀ ਜੋ ਘਰ ਬਣਾਇਆ ਸੀ ਉਹ ਉਸਦੇ ਵਿੱਚ ਹੀ ਰਹਿ ਰਹੀ ਹੈ ਪਰ ਉਸ ਮਕਾਨ ਦੀਆਂ ਕੰਧਾਂ ਵੀ ਹੁਣ ਪਾਟ ਗਈਆਂ ਹਨ ਉਸਨੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸਦੇ ਬੇਟੇ ਦੀ ਪੜ੍ਹਾਈ ਕਿਸੇ ਚੰਗੇ ਸਕੂਲ ਵਿੱਚੋਂ ਕਰਵਾਈ ਜਾਵੇ ਤਾਂ ਜੋ ਉਸਦੀ ਅੱਗੇ ਦੀ ਜ਼ਿੰਦਗੀ ਬਤੀਤ ਹੋ ਸਕੇ ਇਸ ਲੋੜਵੰਦ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਫੋਨ ਨੰਬਰ 88727 78 134 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਬੈਂਕ ਨੰਬਰ ਅਕਾਊਂਟ ਤੇ ਉਹਨਾਂ ਨੂੰ ਮਦਦ ਭੇਜੀ ਜਾ ਸਕਦੀ ਹੈ ਮਾੜੀ ਉਦੋਕੇ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸੁਨੇਹਾ ਵੈਬ ਟੀਵੀ ਲਈ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਕਿਹੜਾ ਪਿੰਡ ਹੈ ਜੀ ਅੱਛਾ ਭੈਣ ਜੀ ਕੀ ਮਾਮਲਾ ਹੈ ਤੁਹਾਡੇ ਪਤੀ ਦੀ ਆਂਦੇ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਭਾਜੀ ਡੈਥ ਹੋ ਗਈ ਉਹਦੀ ਅਟੈਕ ਹੋਇਆ ਸੀ ਉਹਨੂੰ 3 ਵਾਰ ਅੱਛਾ ਜੀ ਤੇ 2 ਵਾਰੀ ਤੇ ਬਚ ਗਿਆ ਤੀਸਰੀ ਵਾਰ ਮਤਲਬ ਕਿ ਡੈਥ ਹੋ ਗਈ ਅੱਛਾ ਜੀ ਹੁਣ ਭਾਜੀ ਨਾ ਘਰੇ ਖਾਣ ਵਾਸਤੇ ਕੁਝ ਨਾ ਆਪਣਾ ਮੈਂ ਕਰਦੀ ਹਾਂ ਆਪਣਾ ਖਾਂਦੀ ਹਾਂ ਠੀਕ ਹੈ ਤੇ ਬੱਚੇ ਦੀ ਪੜ੍ਹਾਈ ਵਾਸਤੇ ਬਣੇ ਕਮਰੇ ਬਣੇ ਕੁਝ ਕਮਰੇ ਨੂੰ ਕੀ ਗੱਲ ਹੋ ਗਈ ਕਮਰੇ ਭਾਜੀ ਮਾੜਾ ਮੋਟ ਜਿਹੜਾ ਹੈਗਾ ਜੀ ਉਹਦੀਆਂ ਵੀ ਕੰਧਾਂ ਕੁੰਧਾਂ ਪਾੜ ਗਈਆਂ ਠੀਕ ਹੈ ਹਾਂਜੀ ਤੇ ਹੁਣ ਸਾਡੀ ਮੰਗ ਇਹੀ ਆ ਕਿ ਸਾਨੂੰ ਆਟਾ ਦਾਲ ਸਕੀਮ ਮਿਲਦੀ ਹੈ ਜੀ ਕੁਛ ਨਹੀਂ ਭਾਜੀ ਕਾਰਨ ਕੀ ਕਾਰਨ ਕੁਛ ਨਹੀਂ ਕੋਈ ਪਿੰਡ ਵਾਲਾ ਕਹਿੰਦਾ ਜੀ ਨਹੀਂ ਤੁਸੀਂ ਡੀਪੂ ਹੋਲਡਰ ਨਾਲ ਗੱਲ ਕੀਤੀ ਹੈ ਇੰਸਪੈਕਟਰ ਨਾਲ ਜਾਂ ਮੋਹਤਬਾਰਾਂ ਨਾਲ ਵੀ ਸਾਨੂੰ ਆਟਾ ਦਾਲ ਸਕੀਮ ਨਹੀਂ ਮਿਲਦੀ ਭਾਜੀ ਨਹੀਂ ਕੁਛ ਨਹੀਂ ਮਿਲਦਾ ਜੀ ਸਾਨੂੰ ਕੀ ਕਹਿੰਦੇ ਉਹ ਲੋਕ ਉਹ ਗਾੜਿਓ ਕਹਿੰਦੇ ਕੋਈ ਕਹੀ ਦੀ ਸਕੀਮ ਬਾਰੇ ਤੇ ਉਹ ਗਾੜਿਓ ਇਹ ਕਹਿੰਦੇ ਆ ਕਿ ਤੁਹਾਡਾ ਲਿਸਟ 'ਚ ਨਾ ਹੀ ਹੈਗਾ ਠੀਕ ਹੈ ਹਾਂਜੀ